ਨਰਿੰਦਰ ਮੋਦੀ ਸਰਕਾਰ ਵੱਲੋਂ ਰੇਲ ਕਿਰਾਏ ਵਧਾਉਣ ਦੇ ਖਿਲਾਫ ਪੂਰੇ ਦੇਸ਼ ਦੇ ਵਿੱਚ ਆਵਾਜ਼ਾਂ ਉੱਠਣੀਆਂ ਸ਼ੁਰੂ ਹੋ ਗਈਆਂ ਨੇ ਜਿੱਥੇ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਕਾਂਗਰਸ ਅਤੇ ਸੀਪੀਐਮ ਵੱਲੋਂ ਸੜਕਾਂ ਤੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਉੱਥੇ ਹੀ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਸਿਆਸੀ ਅਤੇ ਸਮਾਜਿਕ ਜਥੇਬੰਦੀਆਂ ਵੀ ਮੋਦੀ ਸਰਕਾਰ ਦਾ ਵਿਰੋਧ ਕਰ ਰਹੀਆਂ ਨੇ ਪੰਜਾਬ ਵਿੱਚ ਵੀ ਮੋਦੀ ਸਰਕਾਰ ਦੇ ਖਿਲਾਫ ਵੱਖ-ਵੱਖ ਥਾਵਾਂ ਉੱਤੇ ਰੋਸ ਮੁਜ਼ਾਹਰੇ ਕੀਤੇ ਗਏ ਅੰਮ੍ਰਿਤਸਰ ਦੇ ਵਿੱਚ ਰੋਸ ਮੁਜ਼ਾਹਰੇ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸਰਕਾਰ ਦੇ ਇਸ ਕਦਮ ਨਾਲ ਹੋਰ ਜ਼ਰੂਰੀ ਵਸਤਾਂ ਦੇ ਭਾਅ ਵੱਧ ਜਾਣਗੇ ਜਿਸ ਨਾਲ ਲੋਕਾਂ ਦੇ ਉੱਤੇ ਮਹਿੰਗਾਈ ਦਾ ਬੋਝ ਪਵੇਗਾ ਆਮ ਲੋਕਾਂ ਨੇ ਰੇਲ ਕਿਰਾਏ ਵਿੱਚ ਕੀਤੇ ਵਾਅਦੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ ਝੂਠਿਆਂ ਦਾ ਸਰਦਾਰ ਨਰਿੰਦਰ ਮੋਦੀ ਜਿਹਨੇ ਧੋਖੇ ਦੇ ਨਾਲ ਸਰਕਾਰ ਬਣਾਈ ਆ ਉਹਦਾ ਚਿਹਰਾ ਨੰਗਾ ਹੋ ਗਿਆ 14.5% ਕਿਰਾਏ ਰੇਲ ਕਿਰਾਏ ਦੇ ਵਿੱਚ ਵਾਧਾ ਕਰ ਦਿੱਤਾ ਅਜੇ ਆਮ ਬਜਟ ਆਉਣਾ ਆ 6.5% ਦੀ ਵਾਧਾ ਮਾਲ ਭਾੜੇ 'ਚ ਵਾਧਾ ਕਰ ਦਿੱਤਾ ਔਰ ਇਹ ਗਰੀਬਾਂ ਨਾਲ ਸਰਾਸਰ ਧੋਖਾ ਆ ਕਿਉਂਕਿ ਰੇਲਵੇ ਦੇ ਉੱਤੇ ਸਾਡੀ ਆਮ ਜਨਤਾ ਜਿਹੜੀ ਆ ਦੇਸ਼ ਦੀ ਉਹ ਸਫ਼ਰ ਕਰਦੀ ਆ ਔਰ ਇੰਨਾ ਵੱਡਾ ਵਾਧਾ UPA ਸਰਕਾਰ 'ਚ ਕਿਤੇ ਹੋਇਆ ਨਹੀਂ ਔਰ ਮੋਦੀ ਨੂੰ ਜੇ ਨਹੀਂ ਸਰਕਾਰ ਚਲਾਉਣੀ ਆਉਂਦੀ ਉਹਨੂੰ ਸਲਾਹ ਲੈ ਲੈਣੀ ਚਾਹੀਦੀ ਸਰਦਾਰ ਮਨਮੋਹਨ ਸਿੰਘ ਜੀ ਤੋਂ ਜਿਨ੍ਹਾਂ ਨੇ UPA ਸਰਕਾਰ 10 ਸਾਲ ਚਲਾਈ ਆ ਔਰ ਗਰੀਬਾਂ ਦੀ ਰੱਖਿਆ ਕੀਤੀ ਆ ਔਰ ਇਹ ਜਿਹੜੀ ਮਹਿੰਗਾਈ ਮੋਦੀ ਨੇ ਅੱਜ ਸ਼ੁਰੂ ਕੀਤੀ ਆ ਇੱਕ ਛੋਟਾ ਜਿਹਾ ਨਮੂਨਾ ਆ ਪਟਾਕਾ ਆ ਅਜੇ ਬੜੇ ਬੜੇ ਵੱਡੇ ਬਾਂਬੇ ਨੇ ਚਲਾਉਣੇ ਆ ਕਿਉਂਕਿ ਇਹਨੇ ਧੋਖੇ ਦੇ ਨਾਲ ਅੰਨਾ ਹਜ਼ਾਰਾਂ ਕਰੋੜ ਰੁਪਈਆ ਖਰਚ ਕੇ ਮੀਡੀਆ ਦੇ ਉੱਤੇ ਲੋਕਾਂ ਨੂੰ ਗੁੰਮਰਾਹ ਕਰਕੇ ਇਹਨੇ ਸਰਕਾਰ ਬਣਾਈ ਆ ਉਹ ਦਿਨ ਆਉਣ ਵਾਲੇ ਹੀ ਆ ਤੁਸੀਂ ਵੇਖੋਗੇ ਜੇ ਆਉਣ ਵਾਲੇ ਸਮੇਂ ਖਬਰਾਂ ਦੀ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ ਆਪਾਂ ਮਿਲਾਂਗੇ ਫੇਸਬੁੱਕ ਤੇ ਅਸੀਂ ਦੇਖਾਂਗੇ ਯੂਟਿਊਬ ਤੇ ਸਾਨੂੰ ਫੋਲੋ ਕਰੋ ਟਵਿੱਟਰ ਤੇ ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।